ਦਸਵੀਂ ਕਲਾਸ ਦੇ ਨਤੀਜਿਆਂ ਦੇ ਵਿੱਚੋਂ ਕੁੜੀਆਂ ਨੇ ਫਿਰ ਮਾਰੀਆਂ ਮੱਲਾਂ। ਲੁਧਿਆਣੇ ਦੀਆਂ ਦੋ ਬੱਚੀਆਂ ਆਈਆਂ ਪਹਿਲੇ ਸਥਾਨ 'ਤੇ। ਤੁਹਾਨੂੰ ਦੱਸ ਦਈਏ ਕਿ ਅੱਜ ਪੰਜਾਬ ਬੋਰਡ ਮੋਹਾਲੀ ਨੇ ਆਪਣੇ ਦਸਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕੀਤਾ ਹੈ, ਜਿਸ ਦੇ ਵਿੱਚ ਲੁਧਿਆਣੇ ਦੀਆਂ ਦੋ ਬੱਚੀਆਂ ਅਦਿਤੀ ਅਤੇ ਅਲੀਸ਼ਾ ਨੇ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕੀਤਾ, ਜਿਸ ਦੇ ਵਿੱਚ ਅਦਿਤੀ ਨੇ 650 ਦੇ ਵਿੱਚੋਂ 650 ਅੰਕ ਅਤੇ ਅਲੀਸ਼ਾ ਨੇ 650 ਦੇ ਵਿੱਚੋਂ 645 ਅੰਕ ਪ੍ਰਾਪਤ ਕੀਤੇ। ਤੁਹਾਨੂੰ ਦੱਸ ਦਈਏ ਕਿ ਜਦੋਂ ਸਕੂਲ ਵਾਲਿਆਂ ਨੂੰ ਪਤਾ ਲੱਗਾ ਸਾਡੇ ਸਕੂਲ ਦੀਆਂ ਕੁੜੀਆਂ ਪੰਜਾਬ ਦੇ ਵਿੱਚ ਪਹਿਲੇ ਸਥਾਨ 'ਤੇ ਆਈਆਂ ਨੇ, ਤਾਂ ਸਕੂਲ ਦੇ ਵਿਦਿਆਰਥੀਆਂ ਵੱਲੋਂ ਭੰਗੜੇ ਪਾਏ ਜਾ ਰਹੇ ਨੇ। ਬਹੁਤ ਵਧੀਆ ਲੱਗ ਰਿਹਾ ਹੈ। ਹਾਂਜੀ, ਬਹੁਤ ਵਧੀਆ ਲੱਗ ਰਿਹਾ। ਅੱਛਾ, ਕਿੰਨੇ ਤੈਂ ਮਿਹਨਤ ਕੀਤੀ, ਕਿਸ ਤਰ੍ਹਾਂ ਜਿਹੜੀ ਮਿਹਨਤ ਕੀਤੀ ਹੈ? ਦਿਨ ਰਾਤ ਪੜ੍ਹਦੇ ਸੀ, ਟੀਚਰ ਦੀ ਗਾਈਡੈਂਸ, ਮੰਮਾ ਪਾਪਾ ਦਾ ਸਪੋਰਟ। ਅਗਰ ਇਹਨਾਂ ਦਾ ਸਪੋਰਟ ਨਾ ਹੋਵੇ ਤਾਂ ਅਸੀਂ ਕੁਝ ਕਰ ਨਹੀਂ ਸਕਦੇ। ਅੱਛਾ ਜੀ। ਅੱਛਾ ਬੱਚੇ, ਕੀ ਕੰਮ ਕਰਦੇ ਨੇ ਤੁਹਾਡੇ ਮਾਤਾ ਪਿਤਾ? ਕੀ ਮੰਮਾ ਮੇਰੇ ਹਾਊਸ ਵਾਈਫ ਨੇ ਤੇ ਪਾਪਾ ਮੇਰੇ ਪੰਡਿਤ ਨੇ। ਅੱਛਾ, ਕਿੰਨਾ ਕੁ ਟਾਈਮ ਜਿਹੜਾ ਵਾ ਤੁਸੀਂ ਘਰ ਦੇ ਵਿੱਚ ਪੜ੍ਹਦੇ ਸੀ, ਕਿਸ ਤਰ੍ਹਾਂ ਦਾ ਜਿਹੜਾ ਪਰਿਵਾਰ ਵੱਲੋਂ ਸਹਿਯੋਗ ਸੀਗਾ? ਮੈਂ ਦਾਨਿਸ਼ ਗਰੇਵਾਲ ਹਾਂ ਜੀ, ਤੇਜਾ ਸਿੰਘ ਸਕੂਲ 'ਚੋਂ ਡਾਇਰੈਕਟਰ। ਅਤੇ ਮੇਰੇ ਕੋਲ ਇਸ ਟਾਈਮ ਮੌਜੂਦ ਨੇ ਸਾਡੇ ਟੋਪਰਸ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਟੋਪ ਕੀਤਾ। ਸਾਡਾ ਬੱਚਾ ਫਸਟ ਆਇਆ ਅਦਿਤੀ, ਅਤੇ ਬੱਚਾ ਜਿਹੜੀ ਸੈਕਿੰਡ ਆਈ ਆ ਅਲੀਸ਼ਾ, ਮੈਂ ਮਿਸਪੈਲ ਕਰ ਗਿਆ, ਅਲੀਸ਼ਾ ਸੈਕਿੰਡ ਅਤੇ ਅਦਿਤੀ ਫਸਟ। ਸਾਨੂੰ ਅੱਜ ਦਾ ਦਿਨ ਬਹੁਤ ਖੁਸ਼ੀ ਹੈ ਜੀ। ਮਿਹਨਤਾਂ ਜਿਹੜੀਆਂ ਨੇ ਬੱਚਿਆਂ ਦੀਆਂ ਪੂਰੀਆਂ ਰੰਗ ਲਾਈਆਂ ਨੇ, ਅਤੇ ਇਹਨਾਂ ਨੇ ਪੰਜਾਬ ਦੇ ਵਿੱਚ ਪੁਜੀਸ਼ਨਾਂ ਕਾਇਮ ਕਰਕੇ ਸਾਡਾ ਮਾਣ ਹੋਰ ਵਧਾਇਆ ਅਤੇ ਆਪਣੇ ਘਰਦਿਆਂ ਦਾ। ਸਰ, ਕਾਫੀ ਮਿਹਨਤ ਰਹਿੰਦੀ ਹੈ, ਕੀ ਖਾਸ ਗੱਲ ਹੈ ਤੁਹਾਡਾ ਸਕੂਲ ਨੂੰ ਟੋਪਰ ਆਉਂਦਾ, ਕਿੰਨੀ ਮਿਹਨਤ ਕਰਾਉਂਦੇ ਹੋ? ਇਹ ਤਾਂ ਅਸੀਂ ਕਹਾਂਗੇ ਜੀ ਵੀ ਪਰਮਾਤਮਾ ਦਾ ਆਸ਼ੀਰਵਾਦ ਆ ਸਾਡੇ ਸਿਰ 'ਤੇ, ਵੀ ਜਿਹੜਾ ਇਹ ਸਾਨੂੰ ਮੌਕਾ ਉਸਨੇ ਸੱਚੇ ਵਾਹਿਗੁਰੂ ਨੇ ਦਿੱਤਾ ਵਾ, ਵੀ ਜਿਹਨਾਂ ਕਰਕੇ ਅਸੀਂ ਜਿਹੜੇ ਹੈਗੇ ਆ ਫਸਟ ਆ ਰਹੇ ਹਾਂ, ਸੈਕਿੰਡ ਆ ਰਹੇ ਹਾਂ। ਇਹ ਸਭ ਕੁਛ ਜੇ ਉਹਦੀ ਰਹਿਮਤ ਨਾ ਹੋਵੇ ਤਾਂ ਉਸ ਤੋਂ ਬਿਨਾਂ ਜਿਹੜਾ ਹੈਗਾ ਪੋਸੀਬਲ ਨਹੀਂ ਆ। ਓਬਵੀਅਸਲੀ ਬੱਚਿਆਂ ਦੀ ਮਿਹਨਤ ਆ, ਬਹੁਤ ਜ਼ਿਆਦਾ ਮਿਹਨਤ ਆ, ਦਿਨ ਰਾਤ ਦੀ ਮਿਹਨਤ ਆ, ਬੱਚਿਆਂ ਦੀ ਪੇਰੈਂਟਸ ਦੀ ਡੈਡੀਕੇਸ਼ਨ ਆ ਨਾਲ, ਕਿਉਂਕਿ ਇੱਦਾਂ ਦੀਆਂ ਪੁਜੀਸ਼ਨਾਂ ਜਿਹੜੀਆਂ ਨੇ ਇਹ ਬਾਏ ਲੱਕ ਸਿਰਫ ਨਹੀਂ ਆਉਂਦੀਆਂ, ਹਾਰਡ ਵਰਕ ਨਾਲ ਬਹੁਤ ਜ਼ਰੂਰੀ ਹੁੰਦਾ। ਨੰਬਰ ਮੇਰੇ ਕੋਲ ਇਸ ਟਾਈਮ ਐਗਜੈਕਟ ਨਹੀਂ ਮੈਨੂੰ ਪਤਾ ਜੀ, ਮੈਂ ਤੁਹਾਨੂੰ ਦੱਸ ਦਿੰਦਾ। ਵਾਹ ਜੀ ਵਾਹ, ਵਾਹ ਜੀ ਵਾਹ, ਇੱਕ 100% ਜੀ, ਅਤੇ ਹਾਂਜੀ ਹਾਂਜੀ ਜੀ, ਪੂਰੇ ਪੰਜਾਬ 'ਚ ਜੀ, ਪੂਰੇ ਪੰਜਾਬ, ਪੂਰੀ ਸਟੇਟ ਦੇ ਵਿੱਚ ਪੁਜੀਸ਼ਨਾਂ ਹਾਸਲ ਕੀਤੀਆਂ ਨੇ, ਫਸਟ ਐਂਡ ਸੈਕਿੰਡ ਪੁਜੀਸ਼ਨ ਪੂਰੀ ਸਟੇਟ ਦੇ ਵਿੱਚ। ਖੁਸ਼ੀ ਦਾ ਮਾਹੌਲ ਪੂਰਾ ਜ਼ਿਆਦਾ ਆ ਜੀ, ਬਹੁਤ ਜ਼ਿਆਦਾ ਖੁਸ਼ੀਆਂ ਸਾਨੂੰ ਜਿਹੜੀਆਂ ਨਸੀਬ ਹੋਈਆਂ ਨੇ, ਵੀ ਆਰ ਥੈਂਕਫੁਲ ਜਿਹੜਾ ਹੈਗਾ ਪਰਮਾਤਮਾ ਦੇ, ਬਹੁਤ ਬਹੁਤ ਅਸੀਂ ਮਿਹਰਬਾਨੀ ਫਿਰ ਵਾਰ ਵਾਰ ਕਹਾਂਗੇ, ਕਿਉਂਕਿ ਉਹਨਾਂ ਤੋਂ ਬਿਨਾਂ ਇਹ ਪੋਸੀਬਲ ਨਹੀਂ ਸੀਗਾ। ਸਾਡੇ ਟੀਚਰਸ ਦੀ ਮਿਹਨਤ ਅਤੇ ਬੱਚਿਆਂ ਦੀ ਲਗਨ ਜਿਹੜੀ ਆ ਇਸ ਚੀਜ਼ ਨੂੰ ਪੋਸੀਬਲ ਕਰ ਸਕੀ।